ਅੱਜ ਅਗਲਾ ਕਹਿੰਦਾ ਸਿੱਖੀ ਵਿਖਾਓ ਤੇ ਸਾਡੇ ਵਾਲੇ ਨਾ ਐਦਾਂ ਵਿਖਾ ਦਿੰਦੇ ਨੇ ਆ ਲਓ ਜੀ ਸਿੱਖੀ ਵਿਖਾਓ ਜੀ ਸਿੱਖੀ ਆ ਵੇਖੋ ਜੀ ਸਿੱਖੀ ਦਾੜੀ ਵੇਖ ਲਓ ਇਹ ਸਿੱਖੀ ਹੋਰ ਸਿੱਖੀ ਵਿਖਾਓ ਕਹਿੰਦੇ ਪੱਗ ਵੇਖ ਲਓ ਤੇ ਜਿੰਨਾ ਲੰਮਾ ਦਾੜਾ ਐ ਬਾਲਾ ਐ ਅਗਲ ਬਾਲਾ ਵਧੀਆ ਸਿੱਖ ਆ ਐ ਐ ਸੋਚਦੇ ਅਸੀਂ ਅਸੀਂ ਸਿੱਖੀ ਨੂੰ ਭੇਖ ਬਣਾ ਲਿਆ ਆ ਸਾਡੇ ਬੰਦੇ ਵੱਡੀਆਂ ਵੱਡੀਆਂ ਦਾੜੀਆਂ ਵਾਲੇ ਨੇ ਕਈ ਲੁੱਟ ਕੇ ਖਾ ਕੇ ਕੌਮ ਨੂੰ ਗੋਲਕਾਂ ਤੇ ਸੱਪ ਬਣ ਕੇ ਬੈਠੇ ਆ ਬੈਠੇ ਕਿ ਨਹੀਂ ਬੈਠੇ ਬੈਠੇ ਆ ਵੱਡੀਆਂ ਵੱਡੀਆਂ ਦਾੜੀਆਂ ਐ ਸਿੱਖੀ ਵਿਚਾਰਧਾਰਾ ਹੈ ਇੱਕ ਸੋਚ ਹੈ ਸਿੱਖੀ ਵਜੀਦਾ ਕਹਿੰਦਾ ਮੈਂ ਸਾਹਿਬਜ਼ਾਦਿਆਂ ਦੀ ਸਿੱਖੀ ਖੋ ਨਹੀਂ ਸਕਿਆ ਕਹਿੰਦਾ ਨਾ ਮੈਂ ਸਿੱਖੀ ਨਹੀਂ ਖੋ ਸਕਿਆ ਪਰ ਜੇ ਸਿੱਖੀ ਕਕਾਰ ਹੁੰਦੀ ਤੇ ਕਕਾਰ ਲਾਉਣ ਤੇ ਕਿੰਨਾ ਕੁ ਟਾਈਮ ਲੱਗਣਾ ਸੀ ਕਕਾਰ ਲਾਉਣ ਤੇ ਜਿਹੜੇ ਬੰਦਿਆਂ ਨੇ ਗਰਦਨਾਂ ਤੇ ਵਾਰ ਕਰਤਾ ਬੱਚਿਆਂ ਦੀ ਪੱਖੋਵਾਲ ਸੁਣਿਆ ਸੀ ਨਾ ਪਿਛਲੇ ਸਾਲ ਦੀਵਾਨ ਵਿੱਚ ਵੀ ਛਾਤੀਆਂ ਤੇ ਬਹਿ ਕੇ ਬੱਚਿਆਂ ਦੀਆਂ ਛਾਤੀਆਂ ਤੇ ਬਹਿ ਕੇ ਜਿਹੜੇ ਬੰਦਿਆਂ ਨੇ ਸ਼ਾਰਗਾਂ ਕੱਟਦੀਆਂ ਉਹ ਬੰਦਿਆਂ ਲਈ ਕਕਾਰ ਲਾਉਣੇ ਕੀ ਔਖੇ ਸੀ ਬੱਚਿਆਂ ਨੂੰ ਕਹਿੰਦੇ ਤੇ ਦੋ ਜਣੇ ਲੱਤਾਂ ਫੜ ਲਓ ਦੋ ਜਣੇ ਬਾਹਾਂ ਫੜ ਲਓ ਕਕਾਰ ਪੰਜੇ ਦੇ ਪੰਜੇ ਲਾ ਦਿੰਦੇ ਚਾਰੇ ਕਕਾਰ ਲਾਉਣੇ ਔਖੇ ਨਹੀਂ ਸੀ ਉਹਨਾਂ ਲਈ ਪਰ ਸਿੱਖੀ ਕੋਈ ਹੋਰ ਚੀਜ਼ ਹੈ ਸਿੱਖੀ ਸਿੱਖਿਆ ਉਹ ਬੜਕ ਹੈ ਉਹ ਖੁਦ ਮੁਖਤਿਆਰੀ ਹੈ ਉਹ ਪੈਸ਼ਨ ਹੈ ਉਹ ਹਿੰਮਤ ਹੈ ਉਹ ਦਲੇਰੀ ਹੈ ਉਹ ਮਰਜ਼ੀ ਨਾਲ ਜਿਉਣ ਦੀ ਚਾਹ ਹੈ ਗੁਲਾਮੀ ਨਹੀਂ ਗੁਲਾਮ ਨਹੀਂ ਰਹਿ ਸਕਦੇ ਅਸੀਂ ਪਿੰਜਰੇ 'ਚ ਪਾ ਕੇ ਰੱਖੇਗਾ ਨਹੀਂ ਰਹਿ ਸਕਦੇ ਅਸੀਂ ਇਹ ਸਿੱਖੀ ਆਜ਼ਾਦ ਛੱਡ ਜੇ ਰੱਬ ਨੇ ਯੂਨੀਕ ਪੈਦਾ ਕੀਤਾ ਤੇ ਤੂੰ ਪਿੰਜਰਾ ਪਾਉਣ ਵਾਲਾ ਕੌਣ ਹੈ ਸਾਡੇ ਤੇ ਸਾਨੂੰ ਖੁੱਲਣ ਦੇ ਸਾਨੂੰ ਉਡਾਰੀ ਮਾਰਨ ਦਾ ਹੁਕਮ ਸਾਡੇ ਰੱਬ ਦਾ ਹੈ ਜੇ ਪਰਮਾਤਮਾ ਵਿੱਚ ਅੜਿੱਚਣ ਨਹੀਂ ਪਾਉਂਦਾ ਤੂੰ ਕੌਣ ਹੈ ਸਾਨੂੰ ਖੁੱਲਣ ਤੋਂ ਰੋਕਣ ਵਾਲਾ ਇਹ ਹੈ ਸਿੱਖੀ ਤੂੰ ਰੋਕਣ ਵਾਲਾ ਕੌਣ ਹੈ ਤੇ ਸਾਡੇ ਕੀ ਹੁੰਦਾ ਪਿਆਰਿਓ ਸੁਣਿਓ ਸਾਡੇ ਕੀ ਹੈ ਵਿਖਾਓ ਜੀ ਸਿੱਖੀ ਅਗਲਾ ਕਹਿੰਦਾ ਮੈਂ ਵੇਖ ਤੇ ਸਹੀ ਆ ਸਿੱਖੀ ਆ ਕੌਮ ਦਾ ਕਨਸੈਪਟ ਹੈ ਸਾਡਾ ਰੱਖੋ ਕਕਾਰ ਪਾਓ ਪਾ ਮੈਂ ਵੀ ਪਾਏ ਹੋਏ ਆ ਪਾ ਲਓ ਪਰ ਸਿੱਖੀ ਵਿਚਾਰਧਾਰਾ ਉਹ ਤੇਰੇ ਪ੍ਰੈਕਟੀਕਲ ਲਾਈਫ ਕਿੱਦਾਂ ਦੀ ਹੈ ਲਾਈਫ ਸਟਾਈਲ ਕਿੱਦਾਂ ਦਾ ਤੇਰਾ ਤੇਰੀ ਰਹਿਣੀ ਬਹਿਣੀ ਕਿੱਦਾਂ ਦੀ ਹੈ ਸਮਾਜ ਵਿੱਚ ਜਿਉਂਦਾ ਕਿਸ ਤਰ੍ਹਾਂ ਹੈ ਉਹਦੇ ਤੋਂ ਦਿਸਣੀ ਹੈ ਤੇਰੀ ਸਿੱਖੀ ਸਿੱਖੀ ਕਕਾਰ ਵਿਖਾ ਕੇ ਨਹੀਂ ਪਰਸੋਂ ਚੌਥੇ ਕਤਲ ਹੋਇਆ ਇੱਕ ਛੋਟੇ ਜਿਹੇ 5 ਸਾਲ ਦੇ ਬੱਚੇ ਨੇ ਗਵਾਹੀ ਦਿੱਤੀ ਉਹ ਅੱਗੇ ਤੋਂ ਅੱਗੇ ਜਾਣਕਾਰ ਸੀ ਉਹ ਬੱਚੇ ਨੇ ਗਵਾਹੀ ਦਿੱਤੀ ਵੀ ਮੇਰੀ ਮਾਂ ਜਦੋਂ ਤੜਫ ਤੜਫ ਕੇ ਮਰੀ ਤੇ ਮੇਰੀ ਭੂਆ ਦਾ ਉਹਨੇ ਖਾਤਰਾ ਫੜ ਲਿਆ ਗਲ ਘੋਟ ਕੇ ਮਾਰੀ ਲੜਕੀ ਦਾਜ ਦੇ ਆ ਲੋਭੀਆਂ ਉਹ ਲੜਕਾ ਬਾਹਰ ਸੈੱਟ ਹੋਣਾ ਚਾਹੁੰਦਾ ਹੈ ਉਹਨੇ ਕਿਹਾ ਸੀ ਸਾਈਨ ਕਰ ਦੇ ਮੈਂ ਵਿਆਹ ਕਿਤੇ ਹੋਰ ਕਰਾ ਕੇ ਪੱਕਾ ਹੋਣਾ ਹੈ ਉਹ ਕਹਿੰਦੀ ਸੀ ਮੈਨੂੰ ਛੱਡ ਜਾਏਗਾ ਬਾਹਰ ਬਾਹਰਲੀ ਲੜਕੀ ਨਾਲ ਰਿਸ਼ਤਾ ਪੱਕਾ ਹੋਣ ਵਾਸਤੇ ਕਹਿੰਦਾ ਸੀ ਡਿਵੋਰਸ ਦੇ ਮੈਨੂੰ ਉਹ ਬੀਬੀ ਮੰਨਦੀ ਨਹੀਂ ਸੀ ਤੇ ਜਦੋਂ ਉਹਦਾ ਕਹਿੰਦੇ ਕਤਲ ਕੀਤਾ ਨਾ ਸਾਰੇ ਟੱਬਰ ਨੇ ਚਾਰ ਜਣਿਆਂ ਨੇ ਰਲ ਕੇ ਗਲ 'ਚ ਚੁੰਨੀ ਪਾ ਕੇ ਜਦੋਂ ਮਾਰੀ ਤੇ ਉਹ ਲੜਕੀ ਜਦੋਂ ਮਾਰੀ ਗਈ ਉਸ ਵੇਲੇ ਉਹ ਪਤਾ ਕੀਤਾ ਉਹ ਬੱਚਾ 5 ਸਾਲ ਦੇ ਬੱਚੇ ਨੇ ਜਦੋਂ ਦੱਸਿਆ ਵੀ ਮੇਰੀ ਮਾਂ ਨੂੰ ਚਾਰ ਜਣਿਆਂ ਨੇ ਮਾਰਿਆ ਜਦੋਂ ਮੇਰੀ ਮਾਂ ਨੂੰ ਮਾਰਤਾ ਫਿਰ ਪੱਖੇ ਨਾਲ ਟੰਗਣ ਲੱਗੇ ਭਾਰ ਸੀ ਜ਼ਿਆਦਾ ਟੰਗੀ ਨਹੀਂ ਗਈ ਪੱਖੇ ਨਾਲ ਟੰਗੀ ਨਹੀਂ ਗਈ ਭਾਰ ਜ਼ਿਆਦਾ ਸੀ ਉਹਦਾ ਤੇ ਉਹ ਗਾਤਰਾ ਇੱਕ ਲੱਭਿਆ ਕਹਿੰਦੇ ਗਾਤਰਾ ਕਹਿੰਦੇ ਬੀਬੀ ਅੰਮ੍ਰਿਤਧਾਰੀ ਨਹੀਂ ਸੀ ਉਹ ਲੜਕਾ ਕਹਿੰਦਾ ਮੇਰੀ ਭੂਆ ਨੇ ਅੰਮ੍ਰਿਤ ਛਕਿਆ ਸੀ ਜਦੋਂ ਮੇਰੀ ਮਾਂ ਦਾ ਗਲ ਘੋਟਿਆ ਤੜਫਦੀ ਨੇ ਗਾਤਰਾ ਫੜ ਲਿਆ ਇੰਨੇ ਜ਼ੋਰ ਨਾਲ ਤੜਫਦੀ ਹੋਊਗੀ ਕਿ ਗਾਤਰਾ ਟੁੱਟ ਗਿਆ ਤੜਫਦੀ ਨੇ ਗਾਤਰਾ ਖਿੱਚ ਲਿਆ ਤੇ ਗਾਤਰਾ ਟੁੱਟ ਗਿਆ ਉਹਦਾ ਵਿਖਾ ਲਓ ਸਿੱਖੀ ਗਾਤਰਾ ਵਿਖਾ ਮੈਂ ਕਹਿ ਰਿਹਾ ਵੀ ਸ੍ਰੀ ਸਾਹਿਬਾਂ ਕਕਾਰ ਪਾਣੇ ਠੀਕ ਹੈ ਪਰ ਜਿੰਨਾ ਚਿਰ ਵਿਚਾਰ ਨਹੀਂ ਆਇਆ ਸੋਚ ਨਹੀਂ ਬਦਲੀ ਕੀ ਖੱਟਾਂਗੇ ਅਸੀਂ ਕੀ ਖੱਟੋਂਗੇ ਬੜੇ ਬੰਦਿਆਂ ਨੇ ਕਕਾਰ ਬਣ ਕੇ ਸਪਾ ਕੇ ਸਾਡੀ ਕੌਮ ਨੂੰ ਬੁੱਧੂ ਬਣਾਇਆ ਯਾਰ ਐਦਾਂ ਖੜ ਜਾਂਦੇ ਆ ਸਟੇਜ ਦੇ ਉੱਤੇ ਗਾਤਰਾ ਕਿਰਪਾਨ ਉੱਪਰ ਦੀ ਦਿਖਾ ਕੇ ਹੱਥ 'ਚ ਸ੍ਰੀ ਸਾਹਿਬਾਂ ਵਿਖਾ ਕੇ ਪੰਥ ਪੰਥ ਕੂਕ ਕੇ ਸਭ ਤੋਂ ਵੱਧ ਲੁੱਟ ਕੇ ਲੈ ਗਏ ਪੰਥ ਨੂੰ
ਸਭ ਤੋਂ ਵੱਧ ਸਾਡੇ ਪੰਥ ਦੀਆਂ ਜੜਾਂ 'ਚ ਤੇਲ ਪਾਉਣ ਵਾਲੇ ਇਹ ਬੰਦੇ ਐ ਉੱਪਰ ਦੀ ਗਾਤਰੇ ਕਿਰਪਾਨਾ ਦਾੜੀਆਂ ਖੁੱਲੀਆਂ ਛੱਡ ਕੇ ਵਿਖਾ ਕੇ ਅਸੀਂ ਬੜੇ ਸਿੱਖ ਹੁੰਨੇ ਆ ਸਾਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਾ ਪਏਗਾ ਭਾਵੇਂ ਉਹ ਦਾੜੀ ਵਾਲਾ ਹੀ ਹੋਵੇ ਸਾਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਾ ਪਏਗਾ ਐਦਾਂ ਨਹੀਂ ਤੁਸੀਂ ਕਹਿ ਸਕਦੇ ਵੀ ਸਾਰੇ ਹੀ ਦੁੱਧ ਧੋਤੇ ਨੇ ਹੋਣਗੇ ਦੁੱਧ ਧੋਤੇ ਪਰ ਸਾਰੇ ਨਹੀਂ ਏਦਾਂ ਦੇ ਹੈ ਸਮਝਣਾ ਪਏਗਾ ਸਾਨੂੰ ਇਹ ਗੱਲ ਕਿਤੇ ਨਾ ਕਿਤੇ ਸਾਨੂੰ ਇਹ ਵਾਚਣਾ ਪਏਗਾ ਵੀ ਇਹਨਾਂ ਕਕਾਰਾਂ ਵਾਲਿਆਂ ਦੇ ਇਰਾਦੇ ਕੀ ਨੇ ਇਰਾਦੇ ਤੇ ਮੈਂ ਬੇਨਤੀ ਕਰਾਂਗਾ ਬਾਹਰੋਂ ਨਹੀਂ ਬਦਲੋ ਪਰ ਅੰਦਰੋਂ ਜ਼ਰੂਰ ਬਦਲੋ ਜੇ ਅੰਦਰੋਂ ਨਾ ਬਦਲੇ ਬਾਹਰੋਂ ਬਦਲਣ ਦਾ ਕੋਈ ਫਾਇਦਾ ਨਹੀਂ ਹੋਣਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕੰਡੇ ਕੱਚਿਆ ਤਾਂ ਕਰਕੇ ਹੁਣ ਸਾਡੇ ਬੰਦੇ ਰੌਲਾ ਪਾ ਲੈਂਦੇ ਨੇ ਲਓ ਜੀ ਤੇ ਕਕਾਰਾਂ ਦੇ ਉਲਟ ਬੋਲੀ ਜਾਂਦੇ ਕਕਾਰਾਂ ਦੇ ਉਲਟ ਨਹੀਂ ਭਾਈ ਪੂਰੀ ਗੱਲ ਸੁਣੋ ਮੈਂ ਤੇ ਆਪ ਪਾਏ ਸਾਡੀ ਅੱਧੀ ਗੱਲ ਕੱਟ ਲੈਂਦੇ ਆ ਪੂਰੀ ਗੱਲ ਤੇ ਸਮਝਦੇ ਨਹੀਂ